ਸਾਰਿਆਂ ਨੇ ਜਾ ਕੇ ਡੋਰ ਟੂ ਡੋਰ ਗਲੀ ਗਲੀ ਜਾ ਕੇ ਅੱਜ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਲੋਕਾਂ ਨੂੰ ਅਵੇਅਰ ਕੀਤਾ ਔਰ ਆਪਣੇ ਹੱਥਾਂ ਦੇ ਨਾਲ ਪਲਾਸਟਿਕ ਆ ਜਿਹੜਾ ਉਹਦੀ ਕਲੈਕਸ਼ਨ ਕੀਤੀ ਦੁਕਾਨਦਾਰਾਂ ਨੂੰ ਮੁਹੱਲਾ ਨਿਵਾਸੀਆਂ ਨੂੰ ਏਰੀਏ ਦੇ ਲੋਕਾਂ ਨੂੰ ਇਸ ਗੱਲ ਤੋਂ ਜਾਗਰੂਕ ਕੀਤਾ ਕਿ ਪਲਾਸਟਿਕ ਦੇ ਜਿਹੜੇ ਸਾਡੇ ਜੀਵਨ ਦੇ ਉੱਤੇ ਕੀ ਨੁਕਸਾਨ ਹੈ ਔਰ ਲਗਾਤਾਰ ਪੂਰੇ ਇਲਾਕੇ ਦੇ ਵਿੱਚ ਸਾਡੇ ਆਫਿਸਰ ਸਾਹਿਬਾਨ ਨੇ ਜਿਹੜਾ ਅਵੇਅਰਨੈਸ ਜਿਹੜੀ ਇਹ ਡਰਾਈਵ ਚਲਾਈ ਹੈ ਇਹਦੇ ਨਾਲ ਇਲਾਕੇ ਦੇ ਜਿਹੜੇ ਲੋਕ ਹੈ ਉਹਨਾਂ ਦੇ ਵਿੱਚ ਜਾਗਰੂਕਤਾ ਆਏਗੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹੋ ਜਿਹੀਆਂ ਜਿਹੜੀਆਂ ਡਰਾਈਵਜ਼ ਹੈਗੀਆਂ ਇਹ ਲਗਾਤਾਰ ਚੱਲਦੀਆਂ ਰਹਿਣ। ਅੱਜ ਪੂਰੇ ਕੰਟਰੀ ਦੇ ਵਿੱਚ ਲੋਕਾਂ ਨੂੰ ਸਿੰਗਲ ਯੂਜ਼ ਪਲਾਸਟਿਕ ਥਰਮੋਕੋਲ ਤੋਂ ਉਹਦੇ ਜਿਹੜੇ ਮਾੜੇ ਪ੍ਰਭਾਵ ਹਨ ਉਹ ਜਾਣੂ ਕਰਵਾਇਆ ਜਾਵੇ। ਉਸੇ ਮੁਹਿੰਮ ਤਹਿਤ ਅਸੀਂ ਜਲੰਧਰ ਸ਼ਹਿਰ ਦੇ ਵਿੱਚ ਅੱਜ 4 ਵਾਰਡਾਂ ਦੇ ਵਿੱਚ ਅੱਜ ਕੀਤਾ ਸੀਗਾ। ਇਹਦੇ ਵਿੱਚ ਅੱਜ ਅਸੀਂ ਸਾਰੇ ਆਮ ਜਿਹੜੇ ਇੱਥੇ ਸ਼ਹਿਰੀ ਹੈਗੇ ਆ ਵਾਰਡ ਨਿਵਾਸੀ ਆ ਉਹਨਾਂ ਨੂੰ ਨਾਲ ਲੈ ਕੇ ਅਤੇ ਐਂਟੀ ਪਲਾਸਟਿਕ ਮੁਹਿੰਮ ਚਲਾਈ ਹੈ ਜਿਹਦੇ ਨਾਲ ਹਰ ਇੱਕ ਗਲੀ ਦੇ ਵਿੱਚ ਅਸੀਂ ਅੱਜ ਗਏ ਹਾਂ ਕਿਤੇ ਵੀ ਪਲਾਸਟਿਕ ਦਾ ਕਚਰਾ ਸੀਗਾ ਉਹਨੂੰ ਅਸੀਂ ਚੱਕ ਕੇ ਇਕੱਠਾ ਕੀਤਾ ਹੈਗਾ। ਸਰਕਾਰ ਦੀ ਪਲਾਨ ਦੇ ਮੁਤਾਬਕ ਇਹਨਾਂ ਨੂੰ ਸੀਮਿੰਟ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਨਾਲ ਜਿਹੜਾ ਆਪਣਾ ਕੀਤਾ ਹੋਇਆ ਟਾਈ ਆ ਉਹਨਾਂ ਤੱਕ ਪਹੁੰਚਾਇਆ ਜਾਏਗਾ ਔਰ ਇਹ ਕੋਲੇ ਦੀ ਥਾਂ 'ਤੇ ਪਲਾਸਟਿਕ ਜਿਹੜੀ ਉਹਨਾਂ ਕੋਲ ਫਿਊਲ ਦਾ ਤੌਰ 'ਤੇ ਕੰਮ ਕਰੂਗੀ ਔਰ ਆਮ ਅਸੀਂ ਸ਼ਹਿਰੀਆਂ ਨੂੰ ਇੱਥੇ ਦੇ ਨੂੰ ਅਸੀਂ ਅੱਜ ਇਹੀ ਬੇਨਤੀ ਕੀਤੀ ਹੈ ਸਾਰੇ ਦੁਕਾਨਦਾਰਾਂ ਦੇ ਦੁਕਾਨਾਂ 'ਤੇ ਜਿਨ੍ਹਾਂ 'ਤੇ ਗਏ ਹਾਂ ਉਹਨਾਂ ਤੋਂ ਅਸੀਂ ਪਲਾਸਟਿਕ ਅੱਜ ਸੀਜ਼ ਵੀ ਕੀਤੀ ਹੈ। ਉਹਨਾਂ ਸਾਰਿਆਂ ਨੂੰ ਅਸੀਂ ਇਹੀ ਅੱਜ ਮੈਸੇਜ ਦਿੱਤਾ ਹੈਗਾ ਕਿ ਇਹ ਸਰਕਾਰ ਨੇ ਕਹਿ ਤਾਂ ਦਿੱਤਾ ਲੇਕਿਨ ਇਹਦੀ ਕਾਮਯਾਬੀ ਤਾਂ ਹੋਣੀ ਹੈ ਜੇ ਆਮ ਲੋਕ ਇਹਦੇ ਵਿੱਚ ਸਾਡਾ ਸਾਥ ਦੇਣਗੇ ਤਾਂ। ਸੋ ਲੋਕਾਂ ਨੇ ਵੀ ਕਾਫੀ ਉਤਸ਼ਾਹ ਨਾਲ ਅੱਜ ਸਾਨੂੰ ਇਸ ਰਿਸੀਵ ਕੀਤਾ। ਸਾਨੂੰ ਪੂਰਨ ਆਸ ਹੈ ਕਿ ਲੋਕਾਂ ਦੀ ਆਪਣੇ ਲੋਕਾਂ ਦੇ ਸਹਿਯੋਗ ਦੇ ਨਾਲ ਅਸੀਂ ਇਸ ਸਿੰਗਲ ਯੂਜ਼ ਪਲਾਸਟਿਕ ਥਰਮੋਕੋਲ ਦੇ ਉੱਪਰ ਕੰਟਰੋਲ ਕਰਨ ਵਿੱਚ ਕਾਮਯਾਬ ਹੋਵਾਂਗੇ। ਅੱਜ ਅਸੀਂ ਮਾਨਯੋਗ ਮਹਾਤਮਾ ਗਾਂਧੀ ਜੀ ਦੇ 150ਵਾਂ ਜਨਮ ਦਿਵਸ ਮਨਾ ਰਹੇ ਹਾਂ। ਇਸ ਸੰਦਰਭ ਵਿੱਚ ਮਹਾਤਮਾ ਗਾਂਧੀ ਜੀ ਦਾ ਸੰਦੇਸ਼ ਸੀ ਸ਼ਾਂਤੀ ਸਮਰਸਤਾ ਅਤੇ ਸਵੱਛਤਾ। ਇਹ ਤਿੰਨ ਚੀਜ਼ਾਂ ਹੈ ਜਦੋਂ ਇੱਕਦਮ ਬਰੀਫ 'ਤੇ ਅਸੀਂ ਕਹਾਂਗੇ ਤਾਂ ਇਸ ਚੀਜ਼ਾਂ ਨੂੰ ਜਦੋਂ ਅਸੀਂ ਆਪਣੇ ਆਪ ਵਿੱਚ ਸਮਾਹਿਤ ਕਰਾਂਗੇ ਤਾਂ ਨਿਸ਼ਚਿਤ ਰੂਪ ਸੇ ਇੱਕ ਸਵਸਥ ਸਸ਼ਕਤ ਅਤੇ ਸਵੱਛ ਭਾਰਤ ਜਿਹੜਾ ਪਰਿਕਲਪਨਾ ਮਹਾਤਮਾ ਗਾਂਧੀ ਜੀ ਨੇ ਕੀਤਾ ਸੀ ਔਰ ਜਿਸਦੇ ਲਈ ਉਹਨਾਂ ਨੇ ਬੜਾ ਲੜਾਈ ਲੜੀ ਸੀ ਉਹ ਸਪਨਾ ਨੂੰ ਅਸੀਂ ਸਾਕਾਰ ਕਰ ਸਕਾਂਗੇ।